ਦੇਖੋ ਐਡਾ ਵੱਡਾ ਘਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਜਿੰਨਾ ਕਰ ਸਕਦੀ ਹੈ। ਪਰਿਵਾਰ ਤਾਂ ਨਾ ਭੁੱਲਣ ਵਾਲਾ ਘਾਟਾ ਹੈ, ਐਡਾ ਇੱਕ ਘਾਟ ਪੂਰੀ ਕਰ ਗੱਲਾਂ ਨਾਲ ਅਸੀਂ ਕਰ ਹੀ ਨਹੀਂ ਸਕਦੇ, ਉਹ ਘਾਟਾ ਪੂਰਾ ਹੋ ਗਿਆ। ਦੇਖੋ ਐਡਾ ਵੱਡਾ ਘਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਜਿੰਨਾ ਕਰ ਸਕਦੀ ਹੈ। ਪਰਿਵਾਰ ਤਾਂ ਨਾ ਭੁੱਲਣ ਵਾਲਾ ਘਾਟਾ ਹੈ, ਐਡਾ ਇੱਕ ਘਾਟ ਪੂਰੀ ਕਰ ਗੱਲਾਂ ਨਾਲ ਅਸੀਂ ਕਰ ਹੀ ਨਹੀਂ ਸਕਦੇ, ਉਹ ਘਾਟਾ ਪੂਰਾ ਹੋ ਗਿਆ। ਪਰ ਜੇ ਉਹਦੀ ਗੱਲਾਂ ਵਿੱਚ ਜਾਈਏ ਤਾਂ ਰੱਬ ਪਰਮਾਤਮਾ ਨੇ ਉਹਦੇ ਵਿੱਚ ਹਰੇਕ ਗੁਣ ਦਿੱਤਾ ਸੀ, ਰੱਜ ਕੇ ਜਵਾਨ, ਰੱਜ ਕੇ ਸੁਨੱਖਾ, ਨਿਮਰਤਾ, ਦਲੇਰ, ਜਾਣੀ ਕਿਸੇ ਬੰਦੇ 'ਚ ਇੱਕ ਗੁਣ ਹੁੰਦਾ, ਦੋ ਗੁਣ ਹੁੰਦਾ, ਉਹਦੇ ਵਿੱਚ ਹਰੇਕ ਗੁਣ ਕੁੱਟ ਕੁੱਟ ਕੇ ਭਰਿਆ ਆਇਆ ਸੀਗਾ। ਨਿਮਰਤਾ 'ਚ ਰਹਿੰਦਾ ਸੀ ਹਰ ਵੇਲੇ, ਦਲੇਰੀ ਬਹੁਤ ਸੀਗੀ, ਉਹਨੇ ਹੋਰ ਵੀ ਇੱਦਾਂ ਦੇ ਛੋਟੇ ਮੋਟੇ ਕਈ ਕਈ ਗੈਂਗਸਟਰਾਂ ਨੂੰ ਫੜਿਆ ਸੀਗਾ। ਤੋ ਸਾਡੇ ਮਹਿਕਮੇ ਦੇ ਵਿੱਚ ਵੀ ਖਾਸ ਕਰਕੇ ਛੋਟਾ ਰੈਂਕ ਸੀਗਾ, ਉਹਨੂੰ ਬਹੁਤਾ ਕੁਛ ਸ਼ੋਅ ਅਪ ਨਹੀਂ ਕਰਦੇ, ਵੱਡੇ ਅਫਸਰ ਆ, ਆਪਣੇ ਨਾਮ 'ਤੇ ਲੈ ਲੈਂਦੇ, ਅਸੀਂ ਕੰਮ ਕੀਤੇ ਆ, ਉਹਨੇ ਬਹੁਤ ਇੱਦਾਂ ਦੇ ਮਤਲਬ ਪਹਿਲਾਂ ਵੀ ਫੜ ਚੁੱਕਾ। ਕਹਿੰਦੇ ਅਸੀਂ ਪੁੱਛਿਆ ਵੀ ਤੁਹਾਡੇ ਪਿੰਡ ਦੇ ਜਾਂ ਕਿਸੇ ਹੋਰ ਵੀ ਉਹਨਾਂ ਦੇ ਜਿਹੜੇ ਫਰੈਂਡ ਸਰਕਲ ਆ, ਕਹਿੰਦੇ ਬਹੁਤ ਦਲੇਰੀ ਨਾਲ ਆਪਣੀ ਨੌਕਰੀ ਕਰਦੇ, ਇਮਾਨਦਾਰੀ ਨਾਲ ਕਰਦੇ, ਬਹੁਤ ਉਹਨੇ ਕਦੀ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖਿਆ ਸੀਗਾ। ਉਹਦੀ ਮੈਨੂੰ ਸਮਝ ਉਹਨਾਂ ਦੇ ਡੈਡੀ ਉਹਨਾਂ ਦੇ ਥੋੜ੍ਹੇ ਮਹੀਨਾ ਕੁ ਪਹਿਲਾਂ ਮਿਲੇ ਇੱਥੇ, ਕਹਿੰਦੇ ਕਿ ਸਿਮਰਜੀਤ ਇੱਕ ਗੱਡੀ, ਕਹਿੰਦੇ ਦੇਖੀ ਮੈਂ ਕੀ ਕਰਨੀ ਆ, ਕਹਿੰਦੇ ਵੀ ਇੱਕ ਗੱਡੀ ਦਾ ਸਰਦਾ ਨਹੀਂ ਸਾਡਾ, ਅੰਮ੍ਰਿਤ ਦੀ ਡਿਊਟੀ ਇੱਦਾਂ ਦੀ ਕਈ ਵਾਰ 11 ਵਜੇ ਚੱਲ ਜਾਂਦਾ, ਕਿਸੇ ਉਹਦਾ ਟਾਈਮ ਟੇਬਲ ਕੋਈ ਨਹੀਂ, ਇਹ ਗੱਡੀ ਉਹਨੂੰ ਸਪੈਸ਼ਲ ਵੱਖਰੀ ਲੈ ਕੇ ਦੇਣੀ ਆ, ਕੋਈ ਟਾਈਮ ਟੇਬਲ ਨਹੀਂ ਉਹਦਾ। ਅਤੇ ਅਸੀਂ ਵੀ ਉੱਦਾਂ ਇੱਕ ਦੋ ਵਾਰ ਮੈਂ ਵੀ ਸ਼ੁਕਰਨਾਮਾ ਵੀ ਕਿਹਾ, ਮੈਂ ਕਿਹਾ ਵੀ ਅੰਮ੍ਰਿਤ ਭਾਈ ਇੰਨਾ ਦਲੇਰ ਨਾ ਹੋਇਆ ਕਰ, ਉਹ ਆਪਣਾ ਪੂਰਾ ਪ੍ਰੋਟੈਕਸ਼ਨ ਲੈ ਕੇ ਜਾਇਆ ਕਰ, ਪਰ ਉਹਦੇ ਮਨ 'ਚ ਡਰ ਭੁੱਸਗਾ ਹੀ ਨਹੀਂ, ਡਰ ਦਾ ਪਤਾ ਨਹੀਂ ਡਰ ਹੁੰਦਾ ਕੀ ਉਹਨੂੰ। ਪਰ ਲੱਗਦਾ ਇਸ ਤਰ੍ਹਾਂ ਕਿਸੇ ਨੇ ਹੁਣ ਚਲੋ ਡਿਊਟੀ ਕਰ ਰਹੇ ਸੀ ਆਪਣੇ ਫੜਨ ਗਏ ਸੀ, ਪਰ ਗੋਲੀ ਚਲਾ ਕੇ ਛੋਟੀਆਂ ਛੋਟੀਆਂ ਦੋ ਬੱਚੀਆਂ ਉਹਨਾਂ ਨੇ। ਇਹ ਤਾਂ ਹੁਣ ਦੇਖੋ ਜੀ ਕੀ ਇਹਦੇ ਬਾਰੇ ਕਹਿ ਸਕਦੇ ਹਾਂ, ਐਡਾ ਨੀਚ ਕੰਮ ਜਿਹੜਾ ਹੋਇਆ ਕੀਤਾ ਜਿਹੜੇ ਜਿਸ ਬੰਦੇ ਨੇ, ਸਰਕਾਰ ਨੂੰ ਵੀ ਸਖ਼ਤ ਹੋਣਾ ਚਾਹੀਦਾ ਹੈ। ਸਰਕਾਰਾਂ ਸਾਰੀ ਗਲਤੀ ਸਾਡੀ ਸਰਕਾਰਾਂ ਦੀ ਹੈ, ਹੁਣ ਸਰਕਾਰਾਂ ਸਾਡੇ ਜੇ ਕੁਛ ਕਹਿ ਆਉਂਦੀਆਂ ਸੀ 3 ਮਹੀਨਿਆਂ 'ਚ ਨਸ਼ੇ ਮੁਕਾ ਦੇਣੇ, ਗੈਂਗਸਟਰ ਮੁਕਾ ਦੇਣੇ ਆ, ਹੁਣ ਆਖਰੀ ਸਰਕਾਰ 'ਤੇ ਇੰਨਾ ਪੰਜਾਬ ਦਾ ਲੋਕਾਂ ਨੇ ਮਾਣ ਦਿੱਤਾ ਸੀਗਾ, 92 ਸੀਟਾਂ ਜਿੱਤ ਕੇ ਦਿੱਤੀਆਂ ਸੀ ਵੀ ਹੁਣ ਹੀ ਕੁਛ ਕਰਨਗੇ, ਜਾਣੀ ਕਿ ਬਗੈਰ ਮਤਲਬ ਤੋਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਸਾਰੇ ਲੋਕਾਂ ਨੇ, ਜਾਣੀ ਕਿ ਕੋਈ ਖਰਚਾ ਕੀਤੇ ਬਗੈਰ ਵੀ ਸਰਕਾਰ ਨਸ਼ਾ ਪੰਜਾਬ 'ਚ ਮੁਕਾ ਦਊ, ਗੈਂਗਸਟਰ ਮੁਕਾ ਦਊਗੀ, ਪਰ 1 ਰੁਪਈਏ ਦਾ ਕੰਮ ਨਹੀਂ ਕੀਤਾ, ਸਾਨੂੰ ਸਰਕਾਰ ਤੋਂ ਪੂਰਾ ਹਾਲਾ ਪਾਇਆ ਇਸ ਪੱਤੇ। ਮੰਗ ਕੀ ਸਰਕਾਰ ਵਾਲੇ ਇਹੀ ਮੰਗ, ਸਰਕਾਰ ਦੀ ਰੈਲੀ ਕਰਕੇ ਜੋ ਹੋਇਆ ਹੋਇਆ, ਸਾਡਾ ਘਰ ਜਾ ਰਿਹਾ, ਸਰਕਾਰ ਜ਼ਿੰਮੇਵਾਰ। 8ਵੀਂ 'ਚੋਂ 5ਵੀਂ 'ਚੋਂ 10ਵੀਂ 'ਚੋਂ 12ਵੀਂ 'ਚੋਂ DAV ਸਕੂਲ ਪੜ੍ਹੇ ਹੈਗੇ, ਪ੍ਰਾਇਮਰੀ ਸਕੂਲ ਇੱਥੇ, ਹਮੇਸ਼ਾ ਫਸਟ ਆਉਂਦੇ ਰਹੇ, ਕਾਫੀ ਦਲੇਰ ਸੀਗੇ ਕਹਿੰਦੇ, ਪੂਰਾ ਮਤਲਬ ਕਿ ਬਹੁਤ ਇਨਫੈਕਟ ਇਹਨਾਂ ਸਾਰਾ ਪਰਿਵਾਰ ਹੀ ਦਲੇਰ ਸੀ। ਇਹਨਾਂ ਦੇ ਦਾਦਾ ਜੀ ਉਹ ਇੰਸਪੈਕਟਰ ਸੀਗੇ BSF ਦੇ ਵਿੱਚ, ਉਹਨੇ ਵੀ ਕਾਫੀ ਜਦੋਜਹਿਦ ਕੀਤੀ ਜ਼ਿੰਦਗੀ ਵਿੱਚ ਮੁਲਕ ਵਾਸਤੇ ਵੀ। ਪਿਤਾ ਜੀ ਉਹਨਾਂ ਦੇ ਫੌਜ 'ਚ ਪੈਨਸ਼ਨਰ ਹੈ, ਇਹ ਵੀ ਬਹੁਤ ਹੋਣਹਾਰ ਸੀ, ਮਤਲਬ ਇਹਨਾਂ ਨੇ ਮਤਲਬ ਕੰਪੀਟ ਕਰਕੇ ਪੁਲਿਸ ਦੇ ਵਿੱਚ ਨੌਕਰੀ ਹਾਸਲ ਕੀਤੀ ਹੈ। ਔਰ ਮੈਂ ਚਾਹੁੰਦਾ ਹਾਂ ਕਿ ਪੁਲਿਸ ਵਿੱਚ ਇਹੋ ਜਿਹੇ ਬੰਦੇ ਹੁਣ ਲੀਡਰ ਜਿਹੜਾ। ਹਾਂਜੀ, 1.5 ਸਾਲ ਦੀਆਂ, ਬਹੁਤ ਮੁੰਡਾ ਚੰਗਾ ਸੀਗਾ। ਕਿੰਨੇ ਭਰਾ ਸੀਗੇ? ਦੋ ਭਰਾ ਸੀ, ਇੱਕ ਬਹੁਤ ਆ ਫੌਜ 'ਚ ਵੱਡਾ ਅਤੇ ਛੋਟਾ ਸੀਗਾ। ਕਹਿੰਦੇ ਵਿਆਹ ਨੂੰ ਵੀ 3 ਸਾਲ? ਹਾਂਜੀ, 3 ਸਾਲ ਹੋਏ ਆ, ਬਹੁਤ ਮਾੜਾ ਹੋਇਆ। ਹੋਰ ਜੀ, ਉਹਨੂੰ ਸਜ਼ਾ ਹੀ ਮਿਲਣੀ ਚਾਹੀਦੀ, ਸਾਫ ਮਿਲਣਾ ਚਾਹੀਦਾ, ਕੀ ਗੱਲ ਹੋਈ ਇਹਨੂੰ ਬੇਚਾਰੇ ਇਕੱਲੇ ਨੂੰ, ਬਾਕੀ ਕਿੱਥੇ